ਤੁਸੀਂ ਖਾਨ ਸਾਹਿਬ ਨੂੰ ਕਹੋ ਨਾ ਉਹਨਾਂ ਦੀ ਮਿਹਰਬਾਨੀ ਹੈ ਕਿ ਪੈਟਰੋਲ ਘਟਾ ਦੇਣ, ਅਸੀਂ ਗਰੀਬ ਲੋਕ ਕਿੱਥੇ ਜਾਵਾਂਗੇ। ਤੁਹਾਡਾ ਕੀ ਖਿਆਲ ਹੈ ਕਿ ਸਾਨੂੰ ਬੋਲਣਾ ਨਹੀਂ ਚਾਹੀਦਾ, ਕਹਿਣਾ ਨਹੀਂ ਚਾਹੀਦਾ? ਬੋਲਣੇ ਕਾ ਕੋਈ ਫਾਇਦਾ ਹੋ ਤੋ ਜ਼ਰੂਰ ਬੋਲੇ। इन्होंने लिखा जगह जगह कि भूखा कोई ना सोए जी। अब या पेट्रोल डलवाएंगे या खाना खाएंगे, दो ही बातें हैं। खान साहब जिंदाबाद सर। वो तो कहते थे असं रवावे, मैं रवावे इन्हों, असी समझा पता नहीं उन्होंने सबका हुक्मराना का ना लेंदा, लेकिन उन्होंने सानू रवा दिता। अस्सलाम वालेकुम नाज़रीन, तुसी वेख रहे हो सहाफ़ी टीवी, मैं तुहाड़ा अपना मुमताज़ मलिक तुहाड़ी खिदमत विच हाज़र हाँ। जिवें कि तुहानूं पता वे कि रेट पेट्रोल का जिहड़ा वह वध गया वे, एक रुपया दस के साडी गवर्नमेंट ने पंज रुपये रेट वधा दिता वे, ते सिफारिश ओगरा ने जिहड़ी कीती सी उह ते एक रुपये की सी, लेकिन एक साडे वज़ीर आज़म साहब ने वो चूंकि बादशाह वा ना ते बादशाह वाली गल्लां फिर कीतियां, उन्हें कहा लो जी तुसी रुपया कहिंदे हो ते मैं पंज ही वधा दिंदा हां। बिल्कुल जी, आवाम के बहुत सारे सवाल ने और पुछने आवाम पेट्रोल दे रेट वधन ते उत्ते की अपना एहतजाज करते हैं, अज असी दोस्तों को पुछ रहे हैं जी। बिल्कुल जी, असी इस वेले पेट्रोल पंप ते मौजूद हाँ और यो दोस्त ने जिहड़े पेट्रोल पाते हैं, तो इन्हां कोल पुछने आ कि पेट्रोल महंगा होने नाल की फर्क पिया वे। सर पेट्रोल से फर्क ये पड़ा है कि लोग पहले ही 20-30 रुपये का पेट्रोल डलवाते हैं, ठीक है। अब पेट्रोल महंगा हो गया, अब यानी कि बहुत निज़ाम लोगों को ख़राब हुआ पड़ा है। हर बंदा हमें आगे कहता है यार ये क्या कर दिया आपने, पर ये नहीं कहते कि यार हम गवर्नमेंट को कुछ कहें। गवर्नमेंट को कुछ नहीं कहते, वो कहते जी पंप वालों ने तेल बढ़ा दिया। हमारा क्या कसूर, हम तो मजदूर आदमी है। कहने का मकसद है कि वो भी बेचारे गरीब आते हैं। जैसे ये गाड़ी वाला, ये रक्शे वाला है जी। इसने 100 रुपये का पेट्रोल डलना है जी। वो एक लीटर पूरा नहीं आएगा, ठीक है, 1.25 लीटर आएगा। अब 5 रुपये और बढ़ गया है, ठीक है, अब वो 1.25 लीटर से भी कम हो गया है। सही है। मकसद कहने का ये है कि वो कहाँ क्या करेगा, 100 रुपये का पेट्रोल डला के कहाँ तक जाएगा। अस्सलाम वालेकुम भाई साहब। वालेकुम अस्सलाम भाई साहब। 1 रुपये का कह के 5 रुपये तेल वधा दिता वे, तुम ये बारे की कहोगे? वो जी हम क्या कह सकते हैं, पब्लिक तो बेचारी बेबस है, वो तो जो जबर आ रहा है वो बर्दाश्त करें। ਤੁਹਾਡਾ ਕੀ ਖਿਆਲ ਹੈ ਕਿ ਸਾਨੂੰ ਬੋਲਣਾ ਨਹੀਂ ਚਾਹੀਦਾ, ਕਹਿਣਾ ਨਹੀਂ ਚਾਹੀਦਾ? ਬੋਲਣੇ ਦਾ ਕੋਈ ਫਾਇਦਾ ਹੋ ਤਾਂ ਜ਼ਰੂਰ ਬੋਲੇ। ਪੈਟਰੋਲ ਦਾ ਤੇਲ ਜਿਹੜਾ ਵੇ ਇਹ 5 ਰੁਪਏ ਵੱਧ ਗਿਆ ਵੇ, ਤੇ ਕੋਈ ਇਹਦੇ ਨਾਲ ਫਰਕ ਪਏਗਾ ਤੁਹਾਡੇ ਕੰਮ ਤੇ? ਫਰਕ ਪੈਂਦਾ ਹੈ, ਕਿਉਂ ਨਹੀਂ ਪੈਂਦਾ ਜਨਾਬ। ਤੇਲ ਮਹਿੰਗਾ ਹੋ ਜਾਂਦਾ, ਜ਼ਾਹਿਰ ਗੱਲ ਹੈ, ਫਿਰ ਉਹ ਸਵਾਰੀਆਂ ਵਗੈਰਾ ਵੀ ਪੈਸੇ ਵਗੈਰਾ ਨਹੀਂ ਦਿੰਦੇ ਉਸ ਹਿਸਾਬ ਨਾਲ, ਯਾਨੀ ਕਿ ਉਹ ਕਹਿੰਦੇ ਨੇ ਕਿ ਇੰਨੇ ਪੈਸੇ ਮੰਗ ਲਈਏ ਤਾਂ ਕਹਿੰਦੇ ਨੇ ਜ਼ਿਆਦਾ ਪੈਸੇ, ਅਤੇ ਤੇਲ ਸਮਾਨਾਂ 'ਤੇ ਪਹੁੰਚੀ ਜਾ ਰਿਹਾ, ਕੀ ਕਰੇ ਗਰੀਬ ਬੰਦਾ। ਗੌਰਮੈਂਟ ਨੂੰ ਇਹੀ ਕਹਾਂਗੇ ਜੀ, ਮਜ਼ਦੂਰ ਬੰਦਾ ਖਿਆਲ ਕਰਨਾ ਚਾਹੀਦਾ ਹਰ ਤਰ੍ਹਾਂ ਨਾਲ, ਹਰ ਚੀਜ਼ ਤਾਂ ਮਹਿੰਗੀ ਹੈ ਤੇ ਪੈਟਰੋਲ ਵੀ ਮਹਿੰਗਾ, ਤਾਂ ਕਿੱਧਰ ਜਾਏਗਾ ਗਰੀਬ ਬੰਦਾ। ਅੱਗੇ ਕਿੰਨੇ ਫੇਰੇ ਲੱਗਦੇ ਸਨ? 4 ਫੇਰੇ ਲੱਗਦੇ ਸੀ ਅੱਗੇ। ਅੱਛਾ, ਹੁਣ ਮੈਂ ਸੋਚ ਸਿਰਫ 2 ਫੇਰੇ ਲਗਾਉਣਾ। ਅੱਛਾ, ਤੇ ਕੀ ਬਣਦਾ, ਕੁਛ ਵੀ ਨਹੀਂ, ਮਜ਼ਦੂਰੀ ਓਹੀ ਹੈ, ਸਾਰੀ ਦਿਹਾੜੀ ਹੈ ਲੱਦਣਾ ਲਾਉਣਾ ਲੈ ਕੇ ਜਾਣਾ, ਕੁਛ ਵੀ ਨਹੀਂ ਮਿਲਦਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਕੁਛ ਸਮਝ ਨਹੀਂ ਆ ਰਹੀ ਪੈਟਰੋਲ ਦੀ, ਹਰ ਰੋਜ਼ ਵੱਧਦਾ ਜਾ ਰਿਹਾ ਵੇ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਅਸੀਂ ਕੀ ਕਹਿ ਸਕਦੇ ਹਾਂ, ਅਸੀਂ ਤਾਂ ਬੜੀ ਉਮੀਦਾਂ ਨਾਲ ਖਾਨ ਸਾਹਿਬ ਨੂੰ ਵੋਟ ਦਿੱਤੇ ਸੀ। ਉਹ ਤਾਂ ਕਹਿੰਦੇ ਸੀ ਅਸੀਂ ਰਵਾਵਾਂਗੇ, ਮੈਂ ਰਵਾਵਾਂਗੇ ਇਹਨਾਂ ਨੂੰ, ਅਸੀਂ ਸਮਝਿਆ ਪਤਾ ਨਹੀਂ ਉਹਨਾਂ ਨੂੰ ਸਾਬਕਾ ਹੁਕਮਰਾਨਾਂ ਦਾ ਨਾਂ ਲੈਂਦਾ, ਲੇਕਿਨ ਉਹਨਾਂ ਨੇ ਸਾਨੂੰ ਰਵਾ ਦਿੱਤਾ। ਉਹ ਸਾਨੂੰ ਰਵਾ ਦਿੱਤਾ, ਤੁਹਾਨੂੰ ਨਜ਼ਰ ਆ ਰਿਹਾ ਕਿ ਅਸੀਂ ਹੱਸਾਂਗੇ ਵੀ ਕਿਸੇ ਵੇਲੇ ਕੋਈ? ਨਹੀਂ, ਮੁਸ਼ਕਲ ਜੀ ਗੱਲ ਹੈ। ਅਸਲਾਮ ਵਾਲੇਕੁਮ ਸਰ। ਵਾਲੇਕੁਮ ਸਲਾਮ ਸਰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1 ਰੁਪਈਏ ਦਾ ਦੱਸ ਕੇ 5 ਰੁਪਈਏ ਰੇਟ ਵਧਾ ਦਿੱਤਾ, ਵਿਖਾਈ ਸੱਜੀ ਤੇ ਮਾਰੀ ਖੱਬੀ ਹੈ ਸਰ। ਹਮੇਸ਼ਾ ਐਸਾ ਹੁੰਦਾ ਹੈ ਕਿ ਹਮੇਸ਼ਾ ਜਬ ਬੜਤਾ ਹੈ ਤੋ 10 ਰੁਪਏ ਬੜਤਾ ਹੈ, 5 ਰੁਪਏ ਬੜਤਾ ਹੈ, 15 ਰੁਪਏ ਬੜਤਾ ਹੈ, ਜਬ ਕਮ ਹੁੰਦਾ ਹੈ ਪੈਸੋ ਮੇਂ ਹੁੰਦਾ ਹੈ, ਬੜਤਾ ਰੁਪਏ ਮੇਂ ਹੈ, ਇਹ ਸਾਰਾ ਕੁਛ ਬੋਝ ਤੋ ਆਵਾਮ ਪੇ ਹੈ। ਲੇਕਿਨ ਜੋ ਹਮਾਰੀ ਉੱਪਰ ਜਿਤਨੀ ਵੀ ਸਟੈਬਲਿਸ਼ਮੈਂਟ ਬੈਠੀ ਹੈ, ਹਮਾਰੀ ਅਦਲੀਆ ਬੈਠੀ ਹੈ, ਕੋਈ ਵੀ ਇਸ ਚੀਜ਼ ਪੇ ਐਕਸ਼ਨ ਨਹੀਂ ਲੇਤਾ ਕਿ ਆਵਾਮ ਕਿਸ ਹਾਲ ਸੇ ਗੁਜ਼ਰ ਰਹੀ ਹੈ, ਆਵਾਮ ਕਿਸ ਤਰ੍ਹਾਂ ਸੇ ਇਸਕੋ ਸਰਵਾਈਵ ਕਰ ਰਹੀ ਹੈ। ਸੈਲਰੀ ਮੇਂ ਇਨਕਰੀਜ਼ ਨਹੀਂ ਹੋ ਰਹੀ ਹੈ, ਸਾਰੇ ਮਾਮਲਤ ਵਹੀਂ ਸਟਕ ਹੈ, ਪੈਟਰੋਲ ਦਿਨ ਬਦਿਨ ਯੇ ਅਪ ਕਰਤੇ ਜਾ ਰਹੇ ਹੈ। ਅਗਰ ਅਮੀਰ ਆਦਮੀ ਤੋਂ ਅਫੋਰਡ ਕਰ ਸਕਦਾ ਹੈ, ਜੋ ਮਿਡਲ ਕਲਾਸ ਹੈ ਔਰ ਲੋਅਰ ਕਲਾਸ ਹੈ ਉਹ ਕੈਸੇ ਕਰੇਗਾ? ਇਹਨਾਂ ਨੇ ਲਿਖਿਆ ਜਗ੍ਹਾ ਜਗ੍ਹਾ ਕਿ ਭੂਖਾ ਕੋਈ ਨਾ ਸੋਏ ਜੀ। ਅਬ ਯਾ ਪੈਟਰੋਲ ਡਲਵਾਏਂਗੇ ਯਾ ਖਾਣਾ ਖਾਏਂਗੇ, ਦੋ ਹੀ ਬਾਤਾਂ। ਚਾਚਾ ਜੀ, ਪੈਟਰੋਲ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ ਵੇ, ਕੀ ਆਖੋਗੇ ਤੁਸੀਂ? ਮੈਂ ਪਿਆਣ ਗਰੀਬ ਨੂੰ ਸਵਾਰੀ ਪੈਸੇ ਨੇ ਉਹਨਾਂ ਜੇਬ ਵਿੱਚੋਂ ਤਾਂ ਕਿਰਾਇਆ ਦੇਣਾ, ਨਹੀਂ ਤਾਂ ਉਹਨਾਂ ਆਖਣਾ ਘੱਟ ਹੀ ਲਓ। ਸੁਣੇ ਨਾ, ਅਸੀਂ ਰੋਟੀ ਸਾਡੀ ਪੂਰੀ ਨਹੀਂ ਪਿਉਂਦੇ। ਅੱਛਾ, ਸੁਣਿਆ ਜਾ, ਰੋਟੀ ਵੀ ਪੂਰੀ ਨਹੀਂ ਹੋ ਰਹੀ, ਅਤੇ ਘਿਓ 350 ਨੂੰ ਸਸਤੇ ਸਸਤਾ ਜਿਹੜਾ ਨਾ, ਘਿਓ 350 ਨੂੰ, ਆਟਾ 2400-2500 ਨੂੰ, ਪੈਂਚਰ ਜਿਹੜਾ 100 ਰੁਪਈਆ, ਭਾਵੇਂ ਇਹਨਾਂ ਹੁਣ 60-70 ਕੀਤਾ, 100 ਰੁਪਈਏ ਤੋਂ ਅਗਲੇ ਆਉਂਦੇ ਪੱਕਾ ਪੈਂਚਰ ਨਹੀਂ ਲਾਉਣਾ। ਪੈਟਰੋਲ ਤਾਂ ਸਾਰੇ ਡੇਲੀ ਦਾ ਤੁਹਾਡਾ ਪੈਂਦਾ ਵੇ, ਹੁਣ 5 ਰੁਪਈਏ ਰੇਟ ਵੱਧ ਗਿਆ ਵੇ, ਅਤੇ ਕੀ ਫਰਕ ਪਏਗਾ? ਬਹੁਤ ਜ਼ਿਆਦਾ ਫਰਕ ਪੜ ਗਿਆ, ਬਹੁਤ ਪਰੇਸ਼ਾਨ ਪੈਟਰੋਲ ਕੀ ਵਜ੍ਹਾ ਸੇ। ਹਮ ਇਮਰਾਨ ਖਾਨ ਸਾਹਿਬ ਸੇ ਗੁਜ਼ਾਰਿਸ਼ ਕਰਨਾ ਚਾਹਤੇ ਹੈ ਕਿ ਮਿਹਰਬਾਨੀ ਕਰ ਗਰੀਬ ਆਵਾਮ ਕੇ ਉੱਪਰ ਇਤਨਾ ਬੋਝ ਮਤ ਡਾਲੇਂ, ਮਿਹਰਬਾਨੀ ਕਰਕੇ ਕਿ ਇਹ ਕੀਮਤੇ ਕੰਮ ਕਰੇਂ, ਬਹੁਤ ਪਰੇਸ਼ਾਨ ਹੋ ਰਹੇ ਹਾਂ। ਆਏ ਦਿਨ ਪੈਟਰੋਲ ਬੜ ਜਾਤਾ ਹੈ, ਕਭੀ 10 ਦਿਨ ਬਾਅਦ ਬੜ ਜਾਤਾ ਹੈ, ਕਭੀ 5 ਦਿਨ ਬਾਅਦ ਬੜ ਜਾਤਾ ਹੈ। ਰਿਕੁਐਸਟ ਕਰਤੇ ਇਮਰਾਨ ਖਾਨ ਸਾਹਿਬ ਸੇ, ਮਿਹਰਬਾਨੀ ਕਰਕੇ
इसको कम करें, बहुत शुक्रिया, बहुत परेशान है हम। ਇਹ ਤਾਂ ਭਾਅ ਜੀ ਤੁਸੀਂ ਖਾਨ ਸਾਹਿਬ ਨੂੰ ਕਹੋ ਨਾ, ਉਹਨਾਂ ਦੀ ਮਿਹਰਬਾਨੀ ਹੈ ਕਿ ਪੈਟਰੋਲ ਘਟਾ ਦੇਣ, ਅਸੀਂ ਗਰੀਬ ਲੋਕ ਕਿੱਥੇ ਜਾਵਾਂਗੇ। ਮਿਹਰਬਾਨੀ ਬੜੇ, ਆਪ ਕੀ ਕਹੇਗੇ ਖਾਨ ਸਾਹਿਬ ਕੋ ਪੈਗਾਮ ਦੇ। ਖਾਨ ਸਾਹਿਬ ਜ਼ਿੰਦਾਬਾਦ।